ਸਤਿ ਸ੍ਰੀ ਅਕਾਲ ਜੀ। ਅੱਜ ਦੇ ਜੋ ਹਾਲਾਤ ਨੇ ਕਿਸਾਨ ਦੇ, ਉਹਦਾ ਦੱਸਿਓ ਕੌਣ ਜ਼ਿੰਮੇਵਾਰ ਹੈ? ਮਾੜਾ ਬੀ ਖਾਦ ਸਪਰੇ ਵੇਚਣ ਲਾਲਚ ਮਾਰੇ ਕਈ ਦਰਿੰਦੇ, ਪਿੱਛੇ ਕਹਿੰਦੇ ਇਹ ਤਾਂ ਕੁਦਰਤ ਦੀ ਮਾਰ ਹੈ, ਨਾਲੇ ਕਹਿੰਦੇ ਘੋੜਾ ਘਾਹ ਨਾਲ ਦੋਸਤੀ ਕਰੇਗਾ ਤਾਂ ਖਾਏਗਾ ਕੀ, ਥੋੜੀ ਬਹੁਤੀ ਲੰਗੜੀ ਤਾਂ ਲਾਉਣੀ ਪੈਂਦੀ, ਇਹ ਸਾਡਾ ਰੁਜ਼ਗਾਰ ਹੈ। ਚੰਗਾ ਬੀਜ ਨਿਕਲ ਜਾਏਗਾ ਤਾਂ ਕਹਿਣਗੇ ਸਾਡੀ ਦੁਕਾਨ ਤੋਂ ਗਿਆ, ਮਾੜਾ ਨਿਕਲ ਜਾਏਗਾ ਤਾਂ ਕਹਿਣਗੇ ਵੇਚਣ ਵਾਲੇ ਦੀ ਕੀ ਗਲਤੀ, ਇਹ ਤਾਂ ਬਣਾਉਣ ਵਾਲਾ ਕਸੂਰਦਾਰ ਏ। ਅੱਜ ਫਿਰਦੇ ਗੱਡੀਆਂ ਲੈ ਕੇ ਬੀਜ ਵੇਚਣ ਵਾਲੇ, ਫਸਲ ਮਰ ਜੇ ਜਦੋਂ ਕਿਸਾਨ ਦੀ, ਪਿੱਛੇ ਲੱਭਦੇ ਨੇ ਬੀਜ ਵੇਚਣ ਵਾਲੇ, ਫੇਰ ਕਹਿੰਦੇ ਭਾਈ ਕੀ ਕਰੀਏ, ਉੱਤੇ ਮਾੜੀ ਸਰਕਾਰ ਏ। ਕਿਸਾਨ ਨਾਲ ਬੇਇਨਸਾਫ ਕਰਨ ਵਾਲਿਓ, ਕਿਸਾਨ ਨੂੰ ਦੱਸਿਓ ਜਰਾ ਤੁਹਾਡਾ ਕਿੱਥੇ ਗੁਨਾਹਗਾਰ ਏ। ਕਿਸਾਨ ਫਸਲ ਵੇਚਣ ਲੱਗਿਆ ਕਦੇ ਬਹਿਸ ਕੀਤੀ ਨਹੀਂ, ਜੋ ਮੰਡੀ ਦਾ ਰੇਟ ਮਿਲ ਜੇ ਉਸ ਉੱਤੇ ਕਿਸਾਨ ਕਰਦਾ ਇਤਬਾਰ ਏ। ਅੰਨ ਉਗਾਉਣ ਵਾਲੇ ਨੂੰ ਅੰਨਦਾਤਾ ਕਹਿੰਦੇ, ਹਰਪ੍ਰੀਤ ਭੁੱਖਾ ਸੌਂਦਾ ਅੱਜ ਕਿਸਾਨ ਦਾ ਪਰਿਵਾਰ ਏ। ਅੱਜ ਫਸਲ ਬੀਜਣ ਦਾ ਟਾਈਮ ਹੈ, ਬੀਜ ਵਾਲੇ ਤੁਹਾਡੇ ਪਿੰਡ ਪਿੰਡ ਘਰ ਘਰ ਵਿੱਚ ਪਹੁੰਚਣਗੇ, ਪਰ ਮਿੱਤਰੋ ਭਰਾ ਭਰਾ ਦਾ ਨਹੀਂ ਜੀ ਅੱਜ, ਅਤੇ ਪਿਓ ਪੁੱਤ ਦਾ ਨਹੀਂ ਜੀ। ਬੀਜ ਆਪਣੀ ਤਸੱਲੀ ਦਾ ਖਰੀਦਿਓ, ਮਨਜ਼ੂਰਸ਼ੁਦਾ ਡੀਲਰ ਤੋਂ ਖਰੀਦਿਓ, ਪੱਕਾ ਬਿੱਲ ਲਿਓ ਜੀ, ਉਹਦੇ ਉੱਤੇ ਜੋ ਉਹਦੀ ਵਰਾਇਟੀ ਹੈ, ਲਾਟ ਨੰਬਰ ਹੈ, ਕਦੋਂ ਦਾ ਬਣਿਆ ਹੈ, ਕਦੋਂ ਦੀ ਉਹਦੀ ਐਕਸਪਾਇਰੀ ਹੈ, ਬਿੱਲ ਦੇ ਉੱਤੇ ਲਿਖਵਾਇਓ ਜ਼ਰੂਰ। ਅਤੇ ਕੋਈ ਤੁਹਾਡਾ ਅੱਜ ਸੱਜਣ ਨਹੀਂ ਜੀ, ਕੋਈ ਮਿੱਤਰ ਨਹੀਂ ਜੀ, ਲਾਲਚ ਬੁਰੀ ਬਲਾਂ ਜੀ, ਲਾਲਚ ਪਿੱਛੇ ਭਰਾ ਭਰਾ ਦਾ ਕੋਈ ਨਹੀਂ ਜੀ, ਅਤੇ ਪਿਓ ਪੁੱਤ ਦਾ ਨਹੀਂ ਜੀ। ਅਤੇ ਨਾ ਹੀ ਅੱਜ ਕੱਲ੍ਹ ਕਿਸੇ ਦੀ ਰੀਸ ਕਰਿਓ ਕਿ ਫਲਾਣੇ ਨੇ ਆਹ ਬੀਜ ਬੀਜਿਆ ਸੀ, ਉਹਦਾ ਇੰਨਾ ਝਾੜ ਹੋਇਆ, ਅਸੀਂ ਆਪ ਬੀਜ ਲਈਏ, ਪਰ ਨਹੀਂ, ਜੋ ਜ਼ਮੀਨ ਤੁਹਾਡੀ ਫਸਲ ਮੰਨਦੀ ਹੈ ਉਹ ਫਸਲ ਬੀਜਿਓ ਜੀ। 6 ਮਹੀਨਿਆਂ ਦੀ ਭਾਈ ਫਸਲ ਹੈ, ਕਿਸੇ ਦੇ ਮਗਰ ਨਾ ਲੱਗਿਓ। ਅਤੇ ਗੱਲ ਹੈਗੀ ਬੀਜ ਦੀ ਅੱਜ ਦੇ ਟਾਈਮ, ਅਤੇ ਬੀਜ ਵਧੀਆ ਬੀਜਣਾ ਜੀ, ਅਤੇ ਮਨਜ਼ੂਰਸ਼ੁਦਾ ਡੀਲਰ ਤੋਂ ਖਰੀਦਣਾ, ਚੰਗੀ ਕੁਆਲਿਟੀ ਦਾ ਖਰੀਦਣਾ। ਸੋ ਭਾਈ ਮੇਰੀ ਤਾਂ ਇਹੀ ਅਪੀਲ ਹੈ, ਇਹੀ ਬੇਨਤੀ ਹੈ, ਇਹਨੂੰ ਮਨਜ਼ੂਰ ਕਰਿਓ। ਧੰਨਵਾਦ ਜੀ।